ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਯੂਟਿਊਬ ਚੈਨਲ 'ਤੇ ਅਤੇ ਫੇਸਬੁੱਕ ਪੇਜ 'ਤੇ ਸਾਰਿਆਂ ਦਾ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਜੀ। ਅੱਜ ਤੁਸੀਂ ਦੇਖ ਰਹੇ ਹੋ ਜੀ ਪਿੰਡ ਹਸਨਪੁਰ ਅਤੇ ਕਪੂਲਪੁਰ ਦੇ ਬੱਚਿਆਂ ਵੱਲੋਂ ਸ਼ਸਤਰ ਵਿੱਦਿਆ ਗੱਤਕੇ ਦਾ ਅਭਿਆਸ। ਸੋ ਸਭ ਤੋਂ ਪਹਿਲਾਂ ਬੱਚੀਆਂ ਫਰੀ ਸੋਟੀ ਲਗਾ ਰਹੀਆਂ ਨੇ ਅਤੇ ਸਾਡੇ ਵੱਲੋਂ ਰੋਜ਼ਾਨਾ ਹੀ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਗੱਤਕਾ ਸਿਖਾਇਆ ਜਾਂਦਾ ਹੈ ਜੀ। ਸੋ ਪੰਜਾਬ ਦੇ ਵੱਖ ਵੱਖ ਪਿੰਡਾਂ ਅਤੇ ਪੰਜਾਬ ਤੋਂ ਬਾਹਰ ਵੀ ਸਾਡੇ ਵੱਲੋਂ ਰੋਜ਼ਾਨਾ ਗੱਤਕਾ ਸਿਖਾਇਆ ਜਾਂਦਾ ਹੈ। ਪਿਛਲੇ ਦਿਨ ਹੀ ਦਾਸ ਮੱਧ ਪ੍ਰਦੇਸ਼ ਰਤਲਾਮ ਦੇ ਵਿੱਚ ਕੈਂਪ ਲਗਾ ਕੇ ਆਇਆ ਅਤੇ ਉਸ ਤੋਂ ਬਾਅਦ ਸਾਡਾ ਨਾਗਪੁਰ ਮਹਾਰਾਸ਼ਟਰ ਦੇ ਵਿੱਚ ਵੀ ਕੈਂਪ ਚੱਲ ਰਿਹਾ ਹੈ। ਸੋ ਹੁਣ ਵਾਪਸ ਆ ਕੇ ਜਿਹੜੀਆਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਲਾਸਾਂ ਚੱਲਦੀਆਂ ਹਨ ਉਹਨਾਂ 'ਤੇ ਪਹੁੰਚੇ ਹਾਂ ਜੀ। ਸੋ ਸਾਰੇ ਬੱਚੇ ਤਕਰੀਬਨ ਸਾਡੇ ਕੋਲ ਇੱਥੇ 60 ਕੁ ਬੱਚਾ ਹੈ ਜੀ, ਜੋ ਰੋਜ਼ਾਨਾ ਸ਼ਾਮ 5 ਵਜੇ ਤੋਂ ਲੈ ਕੇ 7 ਵਜੇ ਤੱਕ ਗੱਤਕੇ ਦਾ ਅਭਿਆਸ ਕਰਦਾ ਹੈ, ਸ਼ਸਤਰ ਵਿੱਦਿਆ ਦਾ। ਸੋ ਜੇਕਰ ਸੰਗਤ ਜੀ ਤੁਸੀਂ ਵੀ ਆਪਣੇ ਇਲਾਕਿਆਂ ਦੇ ਵਿੱਚ ਬੱਚਿਆਂ ਨੂੰ ਸ਼ਸਤਰ ਵਿੱਦਿਆ ਸਿਖਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਫੋਨ ਆਉਂਦੇ ਨੇ ਸਾਨੂੰ ਕਿ ਸਾਡੇ ਬੱਚੇ ਨੇ ਵੀ ਸਿੱਖਣਾ ਹੈ ਜੀ। ਸੋ ਬੇਨਤੀ ਹੈ ਕਿ 1 ਜਾਂ 2 ਬੱਚੇ ਲਈ ਆਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਦੂਰ। ਸੋ ਇਸ ਕਰਕੇ ਤਕਰੀਬਨ ਤੁਸੀਂ 20 ਬੱਚੇ ਆਪਦੇ ਇਲਾਕੇ ਦੇ ਵਿੱਚ ਆਪਦੇ ਪਿੰਡ ਸ਼ਹਿਰ ਦੇ ਵਿੱਚ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਿਰ ਅਸੀਂ ਕਿਸੇ ਨਾ ਕਿਸੇ ਸਿੰਘ ਦੀ ਡਿਊਟੀ ਲਾਵਾਂਗੇ ਜਾਂ ਆਪ ਤੁਹਾਡੇ ਕੋਲ ਉੱਥੇ ਆ ਕੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਦੇਵਾਂਗੇ। ਸੋ ਇਹ ਬੱਚੇ ਪਿਛਲੇ 6 ਮਹੀਨੇ ਤੋਂ ਰੋਜ਼ਾਨਾ ਹੀ, ਚਾਹੇ ਉਹ ਐਤਵਾਰ ਹੋਵੇ, ਰੋਜ਼ਾਨਾ ਹੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਨੇ। ਸੋ ਦਾਸ ਵੱਲੋਂ ਹਫ਼ਤੇ ਦੇ 2 ਦਿਨ ਬੱਚਿਆਂ ਨੂੰ ਆ ਕੇ ਲੈਸਨ ਦਿੱਤਾ ਜਾਂਦਾ ਹੈ, ਕਲਾਸ ਲੱਗਦੀ ਹੈ ਅਤੇ ਬੱਚੇ ਉਹਦਾ ਅਭਿਆਸ ਰੋਜ਼ਾਨਾ ਕਰਦੇ ਨੇ। ਸੋ ਹੁਣ ਬੱਚਿਆਂ ਦੀ ਪੂਰੀ ਤਿਆਰੀ ਕਰਵਾਈ ਜਾ ਰਹੀ ਹੈ ਜੀ, ਵੀ ਤਾਂ ਕਿ ਬੱਚੇ ਵੱਖ ਵੱਖ ਸਟੇਜਾਂ 'ਤੇ ਪਰਫੋਰਮੈਂਸ ਵੀ ਕਰ ਸਕਣ। ਸੋ ਤੁਸੀਂ ਸਾਡੇ ਨਾਲ ਸੰਗਤ ਜੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਵੀ ਹੈ ਨਿਰਵੈਰ ਖਾਲਸਾ ਗੱਤਕਾ ਗਰੁੱਪ, ਇੰਸਟਾਗ੍ਰਾਮ 'ਤੇ ਵੀ ਨਿਰਵੈਰ ਖਾਲਸਾ ਗੱਤਕਾ ਗਰੁੱਪ ਅਤੇ ਯੂਟਿਊਬ 'ਤੇ ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਗਰੁੱਪ ਰਾਜਪੁਰਾ ਜ਼ਿਲ੍ਹਾ ਪਟਿਆਲਾ ਜੀ। ਸਾਡੀ ਮੇਨ ਅਕੈਡਮੀ ਹੈ ਜਿਹੜੀ ਉਹ ਰਾਜਪੁਰਾ ਸ਼ਹਿਰ ਜੀ, ਜਦੋਂ ਤੁਸੀਂ ਪੰਜਾਬ ਦਾ ਲਾਸਟ ਸ਼ਹਿਰ ਹੈ ਜੀ, ਉਸ ਤੋਂ ਬਾਅਦ ਹਰਿਆਣਾ ਅੰਬਾਲਾ ਸ਼ੁਰੂ ਹੋ ਜਾਂਦਾ। ਸੋ ਉਹ ਰਾਜਪੁਰਾ ਸ਼ਹਿਰ ਹੈ ਆਪਣਾ, ਉੱਥੇ ਸਟੇਸ਼ਨ ਦੇ ਸਾਹਮਣੇ ਹੀ ਗੁਰੂ ਘਰ ਹੈ, ਗੁਰਦੁਆਰਾ ਡੇਰਾ ਬਾਬਾ ਦੁੱਧਾ ਧਾਰੀ। ਸੋ ਉੱਥੇ ਰੋਜ਼ਾਨਾ ਹੀ ਬੱਚਿਆਂ ਨੂੰ ਆਪਣੀ ਅਕੈਡਮੀ ਦੇ ਵਿੱਚ ਵੀ ਸ਼ਸਤਰ ਵਿੱਦਿਆ ਸਿਖਾਈ ਜਾਂਦੀ ਹੈ। ਇਸ ਤੋਂ ਇਲਾਵਾ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ, ਅਕਸਰ ਆਪ ਜੀ ਸਾਡੀਆਂ ਵੀਡੀਓ ਦੇਖਦੀ ਹੋ ਕਿ ਵੱਖ ਵੱਖ ਇਲਾਕਿਆਂ ਦੇ ਵਿੱਚ ਜਾ ਕੇ ਵੀ ਸਾਡੇ ਵੱਲੋਂ ਬਾਣੀ ਅਤੇ ਬਾਣੇ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋ ਇਹ ਬੇਟੀਆਂ ਡਾਂਗ ਫਾਈਟ ਦਾ ਅਭਿਆਸ ਕਰ ਰਹੀਆਂ ਨੇ। ਸੋ ਇਸ ਤੋਂ ਬਾਅਦ ਭਚੰਗੀ ਸਟਿੱਕ ਫਰਾਈ ਦਾ ਪ੍ਰਦਰਸ਼ਨ ਕਰ ਰਿਹਾ ਹੈ। ਸੋ ਸਾਰੇ ਹੀ ਬੱਚੇ ਸਾਡੇ ਕੋਲ ਤਕਰੀਬਨ 5 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਬੱਚੇ ਹੈਗੇ ਨੇ ਇਸ ਅਖਾੜੇ ਦੇ ਵਿੱਚ, ਜਿਹੜੇ ਕਿ ਡੇਲੀ ਹੀ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਨੇ।
ਸੋ ਜੇਕਰ ਸੰਗਤ ਜੀ ਆਪ ਜੀ ਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੋਣ ਤਾਂ ਬੇਨਤੀ ਹੈ ਆਪ ਜੀ ਨੂੰ ਕਿ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦੀ ਨਾਲ ਸਾਡੇ ਫੇਸਬੁੱਕ ਪੇਜ 'ਤੇ ਵੀ ਜੁੜੋ ਅਤੇ ਇੰਸਟਾਗ੍ਰਾਮ ਪੇਜ 'ਤੇ ਵੀ ਜੁੜੋ। ਸੋ ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।